प्रदेश में लगातार फायरिंग की घटनाएं सामने आ रही हैं। फिरोजपुर के ग्राम डोनू तेलू मॉल निवासी करज सिंह की मबोके गांव में गोली मारकर हत्या कर दी जाती है, जिसमें लगभग 35 वर्षीय करज सिंह की मौत हुई। सूचना पर पहुंची पुलिस ने मृतक के शव को सिविल अस्पताल में मोर्चरी में रखवा दिया। बता दें कि हमले में करज का छोटा भाई घायल हो गया, जिसका अस्पताल में इलाज चल रहा है। जानकारी के मुताबिक पुरानी रंजिश के चलते विवाद होना बताया गया है। फिलहाल पुलिस मामले की जांच कर रही है। ते दोनों तेलू मल च रहिंदे ने, तहसील ते डिस्ट्रिक्ट फिरोजपुर ते ममदूर थाना पैंदा। उन्होंने डैडी आए सीगे? हाँ जी, सीधा वो बॉडी सीधा मोर्ची लिखवाण आए सीगे, ते उन्होंने पर्ची कटा के बॉडी मोर्ची लिखवा दी। कार्तिक मंत्री मेरे बड़े ब्रदर जी मेले ते गए जी, उत्थे जो वापस आते पे जी जस्सी और निपम ने नहीं ना पुरानी रंजिश चल रही है। ये गोरा के रिपोर्ट दो गड्डिया पांच सात मोटर भी बच्ची होंगे। ਇਹ ਵੇਖੋ ਜੀ, ਇਸ ਤਰ੍ਹਾਂ ਇਹ 7.5 ਘੱਟ ਦਾ ਟਾਈਮ ਹੈਗਾ ਇਹ। ਹਾਂਜੀ ਹਾਂਜੀ, ਇਹ ਮੁੰਡੇ ਇੱਥੋਂ ਸਮਾਨ ਸਮੂਨ ਲੈਣ ਆਏ ਦੁਕਾਨ 'ਤੇ। ਇਹ ਉੱਧਰੋਂ ਇਹ ਆਏ ਵਾਹਵਾ ਜਾਣੇ, ਇੱਥੇ ਆਣ ਕੇ ਇੱਥੋਂ ਬੱਕੀ ਹੋ ਗਏ ਇੱਕ ਦੂਜੇ ਨਾਲ। ਕਿੰਨੇ ਕੁ ਜਿਹੜੇ ਹੈਗੇ ਸੀਗੇ, ਮਤਲਬ ਜਿਹੜੇ ਇੱਥੇ ਗੱਲ ਪੈ ਨੇ, ਕਿੰਨੇ ਕੁ ਬੰਦੇ ਹੈਗੇ ਸੀ? ਉਹ ਹੈਗੇ 25-30 ਜਾਣੇ ਅਸੀਂ ਕੜਕੜ। ਇਹ ਜੀ ਗੈਸਟਾ ਟੋਲਾ ਇੱਕ ਬਹੁਤ ਤਗੜਾ ਇੱਥੇ ਫਿਰਦਾ ਹੈ। ਅੱਗੇ ਵੀ ਇਹਨੇ ਇੱਕ ਦੋ ਚਾਂਸ ਕੀਤੇ ਨੇ, ਪਹਿਲੋਂ ਮਾਛੀਵਾੜੇ ਇੱਕ ਦੋ ਮੰਗੋਈ ਚਲਾਈਆਂ ਨੇ ਇੱਕ ਦੋ ਬੰਦਿਆਂ ਉੱਤੇ। ਇਹਦੇ ਅੱਗੇ ਪਰਚੇ ਪੁਰਚੇ ਹੋਏ ਨੇ, ਬਹੁਤ ਬਨਾਮ ਬੰਦੇ ਤਾਂ ਨਜਾਇ ਪਰਚੇ ਜੀ ਨਾਂ ਰੱਖਿਆ ਸੀ ਨਾ, ਤੇ ਹੁਣ ਪੁਰਾਣੀ ਚੱਲਦੀ ਸੀ ਦੁਸ਼ਮਣੀ ਤੇ ਮੇਲਾ ਵੇਖਿਆ ਸੀ ਕੱਲ ਕਿਤੇ। ਮੇਰੇ ਹਸਬੈਂਡ ਗੁੰਡਰਿਆਂ ਨੇ ਗੋਲੀਆਂ ਮਾਰੀ, ਦੁਸ਼ਮਣੀ ਸਾਡੀ ਚੱਲਦੀ ਸੀ, ਬੁਲਾ ਕੇ ਮਾਰਿਆ ਗਿਆ, ਧੱਕਾ ਕੀਤਾ ਗਿਆ। ਸਾਨੂੰ ਇਨਸਾਫ ਮਿਲਣਾ ਚਾਹੀਦਾ, ਫਾਂਸੀ ਹੋਣੀ ਚਾਹੀਦੀ ਇਹਨਾਂ ਨੂੰ। ਗੈਂਗ ਨੇ ਇੱਥੇ, ਗੈਂਗ ਕਾਫੀ ਵੱਡਾ ਫਿਰਦਾ ਵਾ, ਝੂਠ ਚੜੰਮਾ ਦਾ, ਲੁੱਟਾ ਖੋਆ ਕਰਦੇ, ਡਾਕੇ ਮਾਰਦੇ ਪਿੰਡ ਚ। ਪੁਲਿਸ ਨੂੰ ਮਿਲੇ ਹੋਏ ਸਾਰੇ ਮੁਲਾਜ਼ਮ ਮਿਲੇ ਹੋਏ ਆ। ਗੁੰਡਾਗਰਦੀ ਨਹੀਂ ਖਤਮ ਹੋਈ, ਸਾਡੇ ਨਾਲ ਬਿਲਕੁਲ ਧੱਕਾ ਕੀਤਾ ਗਿਆ ਹੈ। ਸਾਨੂੰ ਇਨਸਾਫ ਮਿਲਣਾ ਚਾਹੀਦਾ, ਫਾਂਸੀ ਹੋਣੀ ਚਾਹੀਦੀ ਬਸ ਇਹਨਾਂ ਨੂੰ, ਹੋਰ ਸਾਡੀ ਕੋਈ ਮੰਗ ਨਹੀਂ ਆ। ਕਰ ਸਿੰਘ ਦੇ ਉੱਤੇ ਜਿਹੜਾ ਇੱਥੇ ਅਟੈਕ ਕੀਤਾ ਗਿਆ ਵੱਖ ਵੱਖ ਪਿੰਡਾਂ ਦੇ ਕੁਝ ਬੰਦਿਆਂ ਵੱਲੋਂ, ਜਿਹਦੇ ਵਿੱਚ ਕਰ ਸਿੰਘ ਦੇ ਫਾਇਰ ਵੱਜਣ ਕਰਕੇ ਜ਼ਖਮੀ ਹੋਣ ਕਾਰਨ ਜਿਹਦੀ ਮੌਤ ਹੋ ਗਈ, ਜਿਹਦੀ ਡੈੱਡ ਬੋਡੀ ਜਿਹੜੀ ਹੈ ਇਸ ਵੇਲੇ